ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਵਿਚਾਰ ਪ੍ਰਾਂਤ ਰਾਜ ਅਸੀਂ ਜਾਰੀ ਰੱਖਿਆ ਹੋਇਆ ਕਿ ਇਜਲਾਸ ਜਿਹੜਾ ਚੱਲ ਰਿਹਾ ਪੰਜਾਬ ਦੇ ਵਿੱਚ ਅਸੈਂਬਲੀ ਸੈਸ਼ਨ 3 ਦਿਨ ਦਾ ਰੱਖਿਆ ਗਿਆ, 1 ਦਿਨ ਤਾਂ ਪੂਰਾ ਹੋ ਚੁੱਕਿਆ, ਮੰਡੇ ਟਿਊਜ਼ਡੇ ਨੂੰ ਹੋਏਗਾ। ਲੇਕਿਨ ਇੱਥੇ ਗੱਲ MLAs ਦੀ ਹੋ ਰਹੀ ਸੀਗੀ ਕਿ ਕਿੰਨੀ ਕੁ ਲੋੜ ਹੈਗੀ ਹੈ MLAs ਦੇ ਅੰਦਰ ਐਜੂਕੇਸ਼ਨ ਦੀ, ਔਰ ਕਿੰਨੀ ਕੁ ਲੋੜ ਹੈਗੀ ਹੈ ਉਹਨਾਂ ਦੇ ਅੰਦਰ ਮੋਰਲ ਅਤੇ ਐਥਿਕ ਵੈਲਿਊਜ਼ ਦੀ। ਨਵੀਂ ਜੀ, ਯੂ ਆਰ ਟੈਲਿੰਗ ਸਮਥਿੰਗ ਅਬਾਊਟ ਦੀ IAS ਆਫਿਸਰ। ਦੇਖੋ, ਇੱਕ ਹੈ ਸਾਡਾ ਅੱਜ ਇੰਨੇ ਪ੍ਰਯਾਸ ਹੁੰਦੇ ਰਹੇ ਇਹਦੀ, ਇਸ ਬਾਰੇ ਇੰਨੀ ਲੰਬੀ ਚੌੜੀ ਬਹਿਸ ਹੁੰਦੀ ਰਹੀ ਹੈ, ਪਰ ਅੱਜ ਤੱਕ ਵੀ ਇੱਕ ਮਿਨੀਮਮ ਐਜੂਕੇਸ਼ਨਲ ਸਟੈਂਡਰਡ ਨਹੀਂ ਬਣਾਏ ਗਏ ਕਿ MP ਔਰ MLA ਕਿੱਥੇ ਹੋਣਗੇ। ਸਾਡੇ ਜ਼ਿਆਦਾਤਰ MP MLA ਤੁਹਾਨੂੰ ਪਤਾ ਜਿੰਨੇ ਕੁ ਪੜ੍ਹੇ ਲਿਖੇ ਹੁੰਦੇ ਆ ਸਾਰੀ ਦੁਨੀਆ ਜਾਣਦੀ ਹੈ, ਕਈ ਤਾਂ ਐਸੇ ਨੇ ਜਿਹੜੇ ਚੀਫ ਮਿਨਿਸਟਰ ਤੱਕ ਬਣ ਗਏ, ਤੀਸਰੀ ਚੌਥੀ ਪਾਸ। ਜਦੋਂ ਅਸੀਂ ਦੇਖਦੇ ਹਾਂ ਮੀਡੀਆ ਵਿੱਚ ਕੰਮ ਕਰਦੇ ਹਾਂ ਤਾਂ ਸੀਨੀਅਰ IAS ਅਫਸਰ, ਸੀਨੀਅਰ IPS ਅਫਸਰ ਚੌਥੀ ਪਾਸ ਮੰਤਰੀ ਨੂੰ ਜਾ ਕੇ ਸਵੇਰੇ ਸਲੂਟ ਮਾਰਦੇ ਨੇ ਤਾਂ ਦੁੱਖ ਲੱਗਦਾ ਦੇਖ ਕੇ। ਐਨੀਵੇ, ਸਾਡਾ ਡੈਮੋਕ੍ਰੇਸੀ ਸਿਸਟਮ ਹੈ, ਵੀ ਕਲੇਮ ਦੈਟ ਵੀ ਆਰ ਦ ਲਾਰਜੈਸਟ ਡੈਮੋਕ੍ਰੇਸੀ ਇਨ ਦ ਵਰਲਡ, ਬਟ ਮੈਂ ਅੱਜ ਵੀ ਕਹਿੰਦਾ ਕਿ ਵੀ ਆਰ ਪ੍ਰਾਊਡ ਟੂ ਬੀ ਅ ਲਾਰਜੈਸਟ ਡੈਮੋਕ੍ਰੇਸੀ, ਪਰ ਸਾਨੂੰ ਆਪਣੇ ਪੂਰੇ ਡੈਮੋਕ੍ਰੇਟਿਕ ਸਿਸਟਮ ਨੂੰ ਬੜਾ ਜਲਦੀ ਰਿਫਾਈਂਡ ਕਰਨ ਦੀ ਲੋੜ ਹੈ। ਸਾਡੇ ਬੜੇ ਸਾਰੀਆਂ ਗਲਤੀਆਂ, ਬੜੇ ਸਾਰੇ ਲਕੂਨੇ ਨੇ, ਬੜੇ ਸਾਰੇ ਲੂਪ ਹੋਲਸ ਨੇ, ਵੀ ਸ਼ੁੱਡ ਰਿਫਾਈਨ। ਹੁਣ ਅਸੀਂ ਅਗਰ ਐਜੂਕੇਸ਼ਨਲ ਬੈਕਗਰਾਊਂਡ ਦੀ ਗੱਲ ਕਰਦੇ ਹਾਂ, ਪੰਚ ਸਰਪੰਚ ਹੁੰਦੇ ਨੇ ਜਿਹੜੇ ਪਿੰਡਾਂ ਦੇ ਵਿੱਚ, ਪੰਚਾਇਤ ਚੋਣਾਂ ਹੋਣੀਆਂ, ਉੱਥੋਂ ਹੁਣ ਹਰਿਆਣਾ ਨੇ ਸ਼ੁਰੂ ਕੀਤਾ ਕਿ ਜੀ ਮੈਟ੍ਰਿਕ ਪਾਸ ਹੋਣਾ ਚਾਹੀਦਾ ਤੁਹਾਡਾ ਪੰਚ, ਉਹ ਹੋਣਾ ਚਾਹੀਦਾ, ਇੱਕ ਮਹਿਲਾ ਹੋਣੀ ਚਾਹੀਦੀ ਹੈ। ਉਹਨਾਂ ਲੋਕਾਂ ਨੇ ਕੀ ਕੀਤਾ ਕਿ ਲੇਡੀਜ਼ ਨੂੰ ਲਾਇਆ, ਅੱਛਾ ਕਿਸੇ ਦੀ ਵਾਈਫ 10ਵੀਂ ਪਾਸ ਹੈ ਤਾਂ ਉਹਨੂੰ ਅੱਗੇ ਕਰ ਦਿੱਤਾ ਕਿ ਜੀ ਇਹ ਬਣੇਗੀ, ਕੰਮ ਕਾਰਜ ਉਹਨੇ ਕਰਨਾ ਹੈ ਹਸਬੈਂਡ ਨੇ, ਪਰ ਵਾਈਫ ਨੂੰ ਬਣਾਤਾ। ਮਤਲਬ ਐਜੂਕੇਸ਼ਨ ਬੈਕਗਰਾਊਂਡ ਦੇ ਨਾਂ 'ਤੇ ਵੀ ਧੋਖਾਧੜੀ ਹੁੰਦੀ ਹੈ, ਇਹ ਗੱਲ ਬਣਾ। ਜਿੱਥੋਂ ਤੱਕ ਸਾਨੂੰ ਨਾ ਇੱਕ ਪੋਲੀਟੀਕਲ ਸਿਸਟਮ ਰਿਵਾਈਂਡ ਕਰਨ ਦੀ ਲੋੜ ਹੈ, ਇਹ ਇੱਕ ਅਕਾਊਂਟੇਬਿਲਿਟੀ ਸਾਡੇ ਨੁਮਾਇੰਦਿਆਂ ਦੀ ਵੀ ਹੋਣੀ ਚਾਹੀਦੀ ਕਿ ਅਗਰ ਉਹ MLA ਬਣ ਗਏ, MP ਬਣ ਗਏ ਤਾਂ ਉਹ ਸੰਸਦ ਵਿੱਚ ਬੈਠਣ, ਅਸੈਂਬਲੀ ਦੇ ਵਿੱਚ ਬੈਠਣ, ਲੋਕਾਂ ਦੇ ਸਵਾਲ ਚੁੱਕਣ, ਹਰ ਹਫ਼ਤੇ 10 ਦਿਨ ਬਾਅਦ ਆਪਣੇ ਚੋਣ ਖੇਤਰ 'ਚ ਜਾਣ, ਲੋਕਾਂ ਨੂੰ ਪੁੱਛਣ, ਅਤੇ ਉਹ ਫਿਰ ਉਸ ਤੋਂ ਬਾਅਦ ਉਹ ਚੌਧਰੀ ਬਣ ਕੇ ਬੈਠ ਜਾਂਦੇ ਕਿ ਲੋਕ ਆਉਣ ਮੇਰੇ ਤੋਂ ਕੰਮ ਕਰਾਉਣ। ਉਸ ਤੋਂ ਬਾਅਦ 5 ਸਾਲ ਬਾਅਦ ਚੁਣਾਵ ਲੜਨਾ ਹੁੰਦਾ ਅਤੇ ਫਿਰ 6 ਮਹੀਨੇ ਪਹਿਲਾਂ ਉਤਰ ਕੇ ਫਿਰ ਲੋਕਾਂ ਨਾਲ, ਉਹ ਜਿੱਦਾਂ ਕੱਲ੍ਹ ਅਸੀਂ ਗੱਲ ਕੀਤੀ ਸੀ ਕਿ ਕਿਹਦੇ ਘਰ ਭੋਗ ਹੈ, ਕਿਹਦੇ ਘਰ ਮੁੰਡਨ ਹੈ, ਕਿਹਦੇ ਘਰ ਜਨਮਦਿਨ ਹੈ, ਕਿਹਦੇ ਘਰ ਵਿਆਹ ਦਾ ਸ਼ਗਨ ਦੇਣਾ, ਦੈਨ ਦੇ ਸਟਾਰਟ ਦਿਸ ਪਬਲਿਕ ਐਕਸਰਸਾਈਜ਼। ਵੋਟ ਤੋਂ ਬਾਅਦ ਕੁਛ ਹੋਰ ਸ਼ਕਲ ਹੁੰਦੀ ਹੈ। ਜੀ 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 ਕਾਲਰਸ ਵੀ ਸਾਡੇ ਨਾਲ ਜੁੜੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਚੰਡੀ ਮਾਂ ਦਾ ਘਰ ਆ, ਦੂਜਾ ਅੰਬਾਨੀ, ਇਹ ਦੋ ਵਾਲਾ ਅੰਬਾ ਮਾਤਾ, ਉਹਦਾ ਵਾ ਅੰਬਾਨੀ। ਸੁਰਿੰਦਰ ਸਿੰਘ ਜੀ, ਮੈਂ ਦਰਖਵਾਸਤ ਕਰਾਂਗਾ ਕਿ ਮੁੱਦੇ ਦੇ ਮੁਤਲਕ ਅਸੀਂ ਗੱਲ ਕਰੀਏ, ਆਊਟ ਆਫ ਟੋਪਿਕ ਚਲਾ ਜਾਂਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਹਰਕੀਰਤ ਸਿੰਘ ਤੁਹਾਨੂੰ ਤੇ ਸ਼ਰਮਾ ਜੀ ਨੂੰ, ਗੁਰਦੇਵ ਸਿੰਘ ਭੋਗਲ ਵੱਲੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਭੋਗਲ ਜੀ, ਸਤਿ ਸ੍ਰੀ ਅਕਾਲ, ਠੀਕ ਹੋ ਜੀ? ਚੜ੍ਹਦੀ ਕਲਾ ਬਿਲਕੁਲ ਠੀਕ ਠਾਕ ਆ, ਤੁਹਾਡਾ ਪ੍ਰੋਗਰਾਮ ਇੰਜੋਏ ਕਰ ਰਹੇ, ਦੇਖ ਰਹੇ ਹਾਂ ਜੀ ਜੀ ਜੀ। ਤੇ ਮੈਂ ਤੇ ਆਪਣੇ ਹਰਕੀਰਤ ਸਿੰਘ, ਥੋੜੀ ਜਿਹੀ ਕਾਹਲੀ ਨਾ ਕਰਿਓ, ਮੈਂ ਕਿਉਂਕਿ ਦਿਮਾਗ ਚੋਂ ਗੱਲ ਨਿਕਲ ਜਾਂਦੀ ਫਿਰ ਕਾਲਰ ਦੇ। ਮੈਂ ਤੇ ਇਹ ਗੱਲ ਕਹਿਣੀ ਚਾਹੁੰਦਾ ਵੀ ਮੈਂ ਇੱਥੋਂ ਸ਼ੁਰੂ ਕਰਾਂਗਾ। ਜਿਹੜੀ ਤਸਵੀਰ ਇਹਨਾਂ ਨੇ ਪੇਸ਼ ਕੀਤੀ ਸ਼ਰਮਾ ਜੀ ਨੇ, ਬਿਲਕੁਲ 100% ਮੈਂ ਇੱਥੋਂ ਸ਼ੁਰੂ ਕਰਾਂਗਾ ਕਿ ਉਹ ਇਨਸਾਨ ਸਿਆਣਾ ਹੀ ਕਾਹਦਾ ਹੋਇਆ, ਉਹ ਇਨਸਾਨ ਸਿਆਣਾ ਹੀ ਕਾਹਦਾ ਹੋਇਆ ਜਿਹੜਾ ਬੇਵਕੂਫਾਂ ਦੀ ਬੇਵਕੂਫੀ ਦਾ ਪੂਰਾ ਲਾਭ ਨਾ ਉਠਾਏ। ਇਹਨੂੰ ਅੱਗੇ ਜਾ ਕੇ ਮੈਂ ਖੋਲਦਾ, ਮੈਂ ਕੀ ਗੱਲ ਕਰਨੀ ਚਾਹੁੰਦਾ। ਇਹਨਾਂ ਜਿਹੜੀ ਸ਼ਰਮਾ ਜੀ ਨੇ ਗੱਲ ਕੀਤੀ ਨਾ ਵੀ ਪਾਰਲੀਮੈਂਟ ਦੇ ਵਿੱਚ, ਸੰਸਦ ਦੇ ਵਿੱਚ ਜਿਹੜੇ MLAs ਨੇ, ਇੱਕ ਬੋਲ ਰਿਹਾ ਤੇ ਦੂਜੇ ਕਹਿੰਦੇ ਨੇ ਯਾਰ ਇਹ ਨਾ ਸਾਡੇ ਸੂਬੇ ਦੀ ਗੱਲ ਹੈ ਤੇ ਨਾ ਸਾਡੀ ਬੋਲੀ ਦੀ ਗੱਲ, ਨਾ ਸਾਡੇ ਧਰਮ ਦੀ ਗੱਲ, ਕੋਈ ਪਾਣੀ ਪੀਣ ਚਲੇ ਜਾਂਦਾ, ਕੁਛ ਕੈਂਟੀ ਚ ਵੱਜਦਾ, ਬਿਲਕੁਲ ਠੀਕ ਦੱਸਿਆ ਇਹਨਾਂ ਨੇ। ਤੇ ਜੇ ਸੰਸਦ ਦਾ ਆਹ ਹਾਲ ਵਾ, ਇਹੋ ਜਿਹਾ ਬਿਹੇਵੀਅਰ ਵਾ, ਇਹੋ ਜਿਹਾ MLA ਜਿਹੜੇ ਨੇ ਉਹਨਾਂ ਦੇ ਐਟੀਟਿਊਡ ਆ ਉੱਥੇ, ਤਾਂ ਤੁਸੀਂ ਮੈਨੂੰ ਦੱਸੋ, ਸਿਆਣੇ ਤੁਸੀਂ ਦੋਨੋਂ ਬੈਠੇ ਹੋ ਤੇ ਉਹ ਸਮਾਜ ਨੂੰ ਸਵਾਹ ਸੁਧਾਰਨਗੇ? ਜਿਹੜੇ ਮੁੱਦਿਆਂ ਤੇ ਸੀਰੀਅਸਲੀ ਸ਼ਰਮਾ ਜੀ ਗੱਲ ਹੀ ਨਹੀਂ ਕਰ ਸਕਦੇ ਤੇ ਉਹ ਸਮਾਜ ਨੂੰ ਕੀ ਸੇਧ ਦੇਣਗੇ? ਨੰਬਰ ਇੱਕ। ਨੰਬਰ ਦੋ, ਜਦੋਂ ਅੰਗਰੇਜ਼ ਇੱਥੋਂ ਗਏ ਨੇ ਇੰਡੀਆ 'ਚ, ਉਹ ਵਪਾਰੀ ਗਏ ਸੀ, ਵਪਾਰੀ ਬਣ ਕੇ ਗਏ ਸੀ ਨੇ, ਬਾਅਦ ਚੋਂ ਕੰਪਨੀ ਦੇ ਨਾਲ ਈਸਟ ਇੰਡੀਆ ਕੰਪਨੀ ਰੱਖਿਆ ਗਿਆ, ਤੁਹਾਨੂੰ ਦੋਨਾਂ ਨੂੰ ਪਤਾ। ਤੇ ਜਦੋਂ ਉਹਨਾਂ ਨੇ ਦੇਖਿਆ ਵੀ ਇਹ ਲੋਕ ਤੇ ਯਾਰ ਜਿਹੜੇ ਵੱਖਰੇ ਵੱਖਰੇ ਛੋਟੇ ਛੋਟੇ ਰਾਜ ਨੇ, ਸਟੇਟਾਂ ਨੇ, ਇਹ ਤਾਂ ਧਰਮ ਪਿੱਛੇ ਲੜ ਪੈਂਦੇ ਨੇ, ਇਹ ਤਾਂ ਬੋਲੀ ਪਿੱਛੇ ਲੜ ਪੈਂਦੇ ਨੇ, ਇਹ ਤਾਂ ਰਾਜ ਪਿੱਛੇ ਲੜ ਪੈਂਦੇ ਨੇ, ਇਹ ਤਾਂ ਊਚ ਨੀਚ ਜਾਤ ਪਾਤ ਪਿੱਛੇ ਲੜ ਪੈਂਦੇ ਨੇ। ਉਹਨਾਂ ਨੇ ਦੇਖਿਆ ਵੀ ਇੰਨੇ ਬੇਵਕੂਫ ਨੇ ਇਹ, ਜਾਂ ਇਹਨੇ ਨਲਾਇਕ ਕਹਿ ਲਈਏ ਜਾਂ ਇਹਨੇ ਸਭਿਅਕ ਨਹੀਂ ਕਹਿ ਲਈਏ, ਤੇ ਉਹਨਾਂ ਨੇ ਹੌਲੀ ਹੌਲੀ ਕਰਕੇ ਸਾਰੇ ਹਿੰਦੁਸਤਾਨ ਤੇ ਲਗਭਗ ਰਾਜ ਕੀਤਾ। ਨਹੀਂ ਕੀਤਾ? ਕੀਤਾ ਹੈ ਨਾ ਜੀ ਜੀ, ਕੀਤਾ। ਉਹ ਕਿਉਂ ਕੀਤਾ? ਉਹ ਇਸ ਕਰਕੇ ਕੀਤਾ ਜਿਹੜੀ ਸ਼ਰਮਾ ਜੀ ਨੇ ਗੱਲ ਕੀਤੀ ਵੀ ਸਾਡੇ ਵਿੱਚ ਡਿਸਿਪਲਿਨ ਨਾਂ ਦੀ ਕੋਈ ਸ਼ੈ ਹੈ ਹੀ ਨਹੀਂ। ਜੀ ਜੀ, ਸਮਝ ਗਿਆ ਨਾ? ਠੀਕ ਗੱਲ ਹੈ ਜੀ।
ਬਿਲਕੁਲ ਸਾਡੇ ਵਿੱਚ ਉਹ ਜਿਹੜੀ ਚੀਜ਼ ਚਾਹੀਦੀ ਹੈ ਨਾ, ਜਿਵੇਂ ਸ਼ਰਮਾ ਜੀ ਨੇ ਸਮਝਾਇਆ, ਉਹ ਵਾਕਿਆ ਹੀ ਹੈ ਨਹੀਂ. ਉਹ ਬਿਲਕੁਲ ਐਵੇਂ ਗੱਲਾਂ, ਜਿਵੇਂ ਜਿੱਦਾਂ ਇਹਨਾਂ ਨੇ ਕਿਹਾ ਵੀ ਬਿਗੈਸਟ ਡੈਮੋਕ੍ਰੇਸੀ ਆ ਇੰਡੀਆ ਦੀ, ਸ਼ਰਮਾ ਜੀ ਨੇ ਕਿਹਾ ਵੀ ਆਰ ਪ੍ਰਾਊਡ ਆਫ ਇਟ, ਵੀ ਆਰ ਆਲ ਪ੍ਰਾਊਡ ਆਫ ਇਟ, ਨੋ ਡਾਊਟ ਅਬਾਊਟ ਦੈਟ. ਪਰ ਗੱਲ ਇਹ ਆ ਸ਼ਰਮਾ ਜੀ, ਵੀ ਬਿਗੈਸਟ ਡੈਮੋਕ੍ਰੇਸੀ ਜਿਹੜੀ ਐਜ਼ ਏ ਥਿਊਰੀ ਠੀਕ ਵਾ, ਲੇਕਿਨ ਪ੍ਰੈਕਟਿਸ ਇਜ਼ ਅਨਦਰ ਥਿੰਗ. ਅਮਲੀ ਤੌਰ ਜਿਹੜੀ ਥਿਊਰੀ ਤਾਂ ਠੀਕ ਆ, ਲੇਕਿਨ ਪ੍ਰੈਕਟਿਸ ਇਜ਼ ਕੁਆਇਟ ਅਨਦਰ ਥਿੰਗ. ਉਹ ਅਮਲ ਨਹੀਂ ਹੋ ਰਿਹਾ ਉੱਥੇ, ਇਸ ਕਰਕੇ ਸਾਰਾ ਤਾਣਾ ਬਾਣਾ ਜਿਹੜਾ ਅੱਜ ਬਣਿਆ ਹੈ ਨਾ, ਉਹ ਇਸੇ ਕਰਕੇ ਬਣਿਆ ਕਿ ਨਾ ਤਾਂ ਅਸੀਂ ਸਭਿਅਕ ਲੋਕ ਹਾਂ, ਨਾ ਸਾਡੀ ਕੋਈ ਸੋਚ ਉੱਦਾਂ ਦੀ ਚੰਗੀ ਆ. 21ਵੀਂ ਸਦੀ ਵਿੱਚ ਵੀ ਅਸੀਂ ਉਹ ਕੰਮ ਕਰ ਰਹੇ ਹਾਂ ਜਿਹੜੇ ਪਛੜੇ ਆਪਣੇ ਮੁਲਕ ਨੇ ਉਹ ਵੀ ਨਹੀਂ ਕਰਦੇ. ਜੀ ਜੀ ਜੀ, ਥੈਂਕ ਯੂ ਭੋਗਲ ਜੀ. ਕੁਛ ਹੋਰ? ਬਸ ਇਹੋ ਕਹਿਣਾ ਵੀ ਸਾਡੇ ਲੋਕਾਂ ਦੇ ਵਿੱਚ ਜਿੰਨਾ ਚਿਕਰ ਡਿਸਿਪਲਿਨ ਜਾਂ ਸਮੇਂ ਦੀ ਕਦਰ ਨਹੀਂ ਕਰਦੇ ਜਾਂ ਡਿਸਿਪਲਿਨ ਦੇ ਧਾਰਨੀ ਨਹੀਂ ਹੁੰਦੇ, ਉਹਨਾਂ ਚਿਰ ਗੱਲ ਨਹੀਂ ਬਣਨੀ ਹੈ. ਜੀ, ਗੱਲ ਨਹੀਂ ਬਣਨੀ, ਦੇ ਸ਼ੁੱਡ ਬੀ ਟ੍ਰਾਂਸਪੇਰੈਂਟ. ਆਈ ਵੁੱਡ ਲਾਈਕ ਟੂ ਨੋ, ਮੇਰੇ ਜ਼ਿਹਨ ਦੇ ਵਿੱਚ ਇਹ ਸਵਾਲ ਹਮੇਸ਼ਾ ਉੱਠਦਾ, ਇਸ ਕਰਕੇ ਉੱਠਦਾ ਕਿ ਜਦ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਦੇ ਵਿੱਚ ਆਉਣਾ ਸੀਗਾ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਸਾਰੇ ਮਾਮਲਿਆਂ ਦਾ ਇਨਵੈਸਟੀਗੇਟ ਕਰਾਵਾਂਗਾ. ਵਨ, ਗੁਟਕਾ ਸਾਹਿਬ ਦੀ ਗੱਲ ਸਾਹਮਣੇ ਆਉਂਦੀ ਹੈ, ਸਾਰਿਆਂ ਨੂੰ ਪਤਾ. ਸੈਕਿੰਡ, ਥਰਡ, ਹੀ ਸੈਡ ਕਿ ਜੋ ਵੀ ਡਰੱਗ ਦੇ ਵਿੱਚ ਕਲਪਰੇਟ ਹੋਏਗਾ ਆਈ ਵਿਲ ਸੈਂਡ ਹਿਮ ਬਿਹਾਈਂਡ ਦ ਬਾਰਸ. ਜੀ, ਇਹ ਗੱਲ ਕਹੀ ਸੀ. ਜੀ ਜੀ. ਔਰ 10 ਸਾਲ ਦੇ ਵਿੱਚ ਸਾਰਿਆਂ ਨੂੰ ਪਤਾ ਹੈ, ਐਵਰੀਵਨ ਨੋਜ਼ ਅਬਾਊਟ ਵਟ ਹੈਪਨ ਇਨ ਪੰਜਾਬ. ਜੀ, ਅਤੇ ਤੁਹਾਨੂੰ ਕੀ ਲੱਗਦਾ ਹੈ ਕਿ ਮੀਡੀਆ ਦੇ ਸਾਹਮਣੇ, ਲੋਕਾਂ ਦੇ ਸਾਹਮਣੇ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ, ਕਾਂਗਰਸ ਦੇ ਨੁਮਾਇੰਦੇ, ਮੈਂ ਨਾਮ ਹੀ ਲੈ ਲੈਂਦਾ ਪ੍ਰਕਾਸ਼ ਸਿੰਘ ਬਾਦਲ ਅਤੇ ਇੱਥੇ ਕੈਪਟਨ ਅਮਰਿੰਦਰ ਸਿੰਘ, ਲੋਕਾਂ ਦੇ ਸਾਹਮਣੇ, ਮੀਡੀਆ ਦੇ ਸਾਹਮਣੇ ਕੁਝ ਹੋਰ ਗੱਲਾਂ, ਔਰ ਬੈਕ ਡੋਰ 'ਤੇ ਹੱਟੀ ਸੱਟੀ, ਕੀ ਕਹਿਣਾ ਚਾਹੁੰਦੇ? ਦੇਖੋ, ਇਹ ਪੋਲੀਟਿਕਸ ਆਫ ਕਨਵੀਨੀਅੰਸ ਹੈਗੀ ਆ. ਜਦੋਂ ਕਿਸੇ ਨੇ ਸੱਤਾ ਲੈਣੀ ਹੁੰਦੀ ਹੈ ਤਾਂ ਉਹ ਫਿਰ ਪੁਰਾਣੀ ਸਰਕਾਰ ਦੇ ਨੁਕਸ ਕੱਢਦੇ ਜੀ, ਇਹਨਾਂ ਨੇ ਖਜ਼ਾਨਾ ਖਾਲੀ ਕਰਤਾ, ਇਹਨਾਂ ਨੇ ਭ੍ਰਿਸ਼ਟਾਚਾਰ ਕੀਤਾ, ਇਹਨਾਂ ਨੇ ਇਹ ਕਰਤਾ ਉਹ ਕਰਤਾ, ਅਸੀਂ ਆਵਾਂਗੇ, ਅਸੀਂ ਇਹ ਕਰ ਦਾਂਗੇ ਉਹ ਕਰ ਦਾਂਗੇ, ਜਿਹੜਾ ਭ੍ਰਿਸ਼ਟਾਚਾਰ ਕਰੇਗਾ ਉਹਨੂੰ ਅੰਦਰ ਡੱਕ ਦਾਂਗੇ. ਤੁਸੀਂ, ਮੈਂ ਇੱਕ ਛੋਟੀ ਜਿਹੀ ਲੋਜੀਕਲ ਗੱਲ ਕਰਦਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਅਗਰ ਹੁਣ ਪਿਛਲੀ ਸਰਕਾਰ 'ਚ ਭ੍ਰਿਸ਼ਟਾਚਾਰ ਸੀ ਤਾਂ ਹੁਣ ਤੱਕ ਦੱਸਣ ਉਹਨਾਂ ਨੇ ਕੀ ਕਾਰਵਾਈ ਕੀਤੀ? ਕੀ ਉਮਰ ਨਾਲ ਵਾਲੀ ਸਰਕਾਰ ਹਰਿਆਣੇ ਦੀ, ਸੂਬਾ ਸਰਕਾਰ ਹਰਿਆਣਾ, ਮਨੋਹਰ ਲਾਲ ਖੱਟਰ ਜਦੋਂ ਆਏ ਬੀਜੇਪੀ ਦੀ ਸਰਕਾਰ, ਰੌਬਰਟ ਵਾਡਰਾ ਨੇ ਗੁੜਗਾਵਾਂ ਮੇਂ ਯੇ ਕਰ ਦਿਆ ਵੋ ਕਰ ਦਿਆ, ਹਮ ਯੇ ਕਰ ਦੇਂਗੇ ਵੋ ਕਰ ਦੇਂਗੇ, ਭੁਪਿੰਦਰ ਸਿੰਘ ਹੁੱਡਾ ਨੇ ਜ਼ਮੀਨੋਂ ਕਾ ਯੇ ਕਰ ਦਿਆ ਵੋ ਕਰ ਦਿਆ. ਤੁਸੀਂ ਮੈਨੂੰ ਦੱਸੋ, ਅੱਜ ਤੱਕ 1% ਵੀ ਕੋਈ ਕੇਸ ਚੱਲਿਆ? ਢੀਂਗੜਾ ਆਯੋਗ ਬਣਾਇਆ, ਫਲਾਣਾ ਕਮਿਸ਼ਨ ਬਣਾਇਆ, ਕੁਛ ਹੋਇਆ? ਉਸ ਤੋਂ ਅੱਗੇ ਚਲੇ ਜਾਓ, ਯੂਪੀ ਦੇ ਵਿੱਚ ਯੋਗੀ ਆਦਿੱਤਿਆਨਾਥ ਆਏ, ਅਖਿਲੇਸ਼ ਯਾਦਵ ਨੇ ਯੇ ਕੀਆ, ਮੁਲਾਇਮ ਸਿੰਘ ਯਾਦਵ ਨੇ ਕੀਆ, ਅੱਜ ਤੱਕ ਕੁਛ ਕਾਰਵਾਈ ਹੋਈ? ਕੋਈ ਕੁਝ ਹੋਇਆ? ਇਟਸ ਅ ਉੱਧਰ ਦਿੱਲੀ ਆ ਜਾਓ, ਕੇਜਰੀਵਾਲ ਸਾਹਿਬ ਜਦੋਂ ਇਲੈਕਸ਼ਨ ਲੜ ਰਹੇ ਸੀ, ਮੈਂ ਸ਼ੀਲਾ ਦੀਕਸ਼ਿਤ ਕੋ ਯੇ ਕਰ ਦੂੰਗਾ, ਮੈਂ ਯੇ ਕਰ ਦੂੰਗਾ, ਪੁੱਛੋ ਅੱਜ ਦੀ ਜਿਹੜੇ ਉਹਨਾਂ ਨੇ ਸ਼ੀਲਾ ਦੀਕਸ਼ਿਤ ਦਾ ਨਾਮ ਹੀ ਨਹੀਂ ਲਿਆਉਣਾ, ਕਿੱਥੇ ਬਹਿ ਕੇ ਕਿਤੇ ਕਾਫੀ ਪੀਂਦੇ ਹੋਣੇ ਆ, ਗੱਲ ਡਿਨਰ ਕਰ ਲੈਣ ਦੇ ਘਰ ਬੁਲਾ ਕੇ ਉਹਨਾਂ ਜ਼ਿਆਦਾ ਇਹਨਾਂ ਦਾ ਆਪਸ 'ਚ ਅੱਟੀ ਸੱਟੀ ਮੈਂ ਮੰਦਾ ਹੁੰਦੀ ਹੈ. ਤੁਸੀਂ ਇਹ ਮੰਨ ਕੇ ਚੱਲੋ ਕਿ ਇਹਨਾਂ ਦੇ ਪੋਲੀਟੀਕਲ ਕਮਿਟਮੈਂਟ ਕਿੱਥੇ ਨੇ, ਜ਼ਿੰਮੇਦਾਰੀ ਕਿੱਥੇ ਹੈ, ਇੱਕ ਮੋਰੈਲਿਟੀ ਕਿੱਥੇ ਹੈ? ਜਦੋਂ ਲੋਕਾਂ ਨੂੰ ਵੱਡੀਆਂ ਗੱਲਾਂ ਕਰਕੇ ਤੁਸੀਂ ਸਰਕਾਰਾਂ 'ਚ ਆਉਂਦੇ ਹੋ ਤਾਂ ਤੁਸੀਂ ਕਰਦੇ ਕੀ ਹੋ? ਹੁਣ ਜਿਸ ਤਰ੍ਹਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ 'ਤੇ ਮੈਂ ਵਾਪਸ ਆਉਣਾ, ਤੁਹਾਨੂੰ ਇਹਨੂੰ ਅਸੈਂਬਲੀ ਦੇ ਵਿੱਚ ਕਿਉਂ ਪੇਸ਼ ਕੀਤਾ ਜਾ ਰਿਹਾ? ਇਸ ਇਜ਼ ਜਸਟ ਟੂ ਗੈਟ ਦੀ ਪੋਲੀਟੀਕਲ ਮਾਈਲੇਜ. ਕਾਂਗਰਸ ਸਰਕਾਰ ਨੂੰ ਇਹ ਪਤਾ ਵੀ ਸਾਡਾ ਤਾਂ ਇਹਦੇ ਨਾਲ ਕੋਈ ਲੈਣਾ ਦੇਣਾ ਹੈ ਨਹੀਂ, ਸਾਡੇ ਕਾਰਜਕਾਲ 'ਚ ਤਾਂ ਹੋਇਆ ਨਹੀਂ, ਇਹਦੇ 'ਚ ਦੂਜੀ ਪਾਰਟੀ ਫਸੇਗੀ ਅਤੇ ਇਹਨਾਂ ਦਾ ਮਤਲਬ ਇੱਕ ਤਰਫ ਜਲੂਸ ਕੱਢਣਾ ਜਾਂ ਇਹਨਾਂ ਨੂੰ ਅਗਰ ਇਹਨਾਂ 'ਤੇ ਬਲੇਮ ਗੇਮ ਕਰਨਾ ਤਾਂ ਇਹਨੂੰ ਅਸੈਂਬਲੀ ਦੇ ਵਿੱਚ ਕਿਉਂ ਨਾ ਲੈ ਕੇ ਜਾਓ? ਅੱਜ ਪੰਜਾਬ ਦੇ ਵਿੱਚ ਕੋਈ ਵੱਡੀ ਟ੍ਰੈਜਡੀ ਹੋ ਜਾਏ, ਖੁਦਾ ਨਾ ਕਰੇ, ਔਰ ਉਹਦੇ 'ਚ ਪੰਜਾਬ ਸਰਕਾਰ ਜ਼ਿੰਮੇਵਾਰ ਹੋਏ ਔਰ ਪੰਜਾਬ ਸਰਕਾਰ ਕੋਈ ਇਨਕੁਆਇਰੀ ਕਮਿਸ਼ਨ ਬਿਠਾਏ, ਕਿਆ ਕੈਪਟਨ ਅਮਰਿੰਦਰ ਸਿੰਘ ਉਸ ਇਨਕੁਆਇਰੀ ਕਮਿਸ਼ਨ ਦੀ ਰਿਪੋਰਟ ਨੂੰ ਵਿਧਾਨ ਸਭਾ 'ਚ ਪੇਸ਼ ਕਰਨਗੇ? ਕਦੀ ਨਹੀਂ ਕਰਨਗੇ. ਇਟਸ ਅ ਪੋਲੀਟੀਕਲ ਆਫ ਮਾਈਲੇਜ, ਜਿਹਦੇ ਵਿੱਚ ਮੈਨੂੰ ਫਾਇਦਾ ਹੈ ਆਈ ਵਿਲ ਡੂ ਦੈਟ. ਅਗਰ ਪੰਜਾਬ ਸਰਕਾਰ ਨੂੰ ਫਾਇਦਾ ਤਾਂ ਅਸੀਂ ਇਸ ਇਹਨੂੰ ਅਸੈਂਬਲੀ 'ਚ ਪੇਸ਼ ਕਰਾਂਗੇ. ਜੀ, ਕਰਨ ਨੂੰ ਤਾਂ ਪ੍ਰੈਸ ਕਾਨਫਰੰਸ ਕਰਕੇ ਨਾਲ ਦੇ ਨਾਲ ਨਸ਼ਰ ਕਰ ਦਿੰਦੇ ਕਿ ਇਹ ਨਾਮ ਹੈਗੇ ਨੇ. ਨਹੀਂ, ਦੇ ਡਿਡਨਟ ਡੂ ਇਟ, ਦੇ ਵਰ ਵੇਟਿੰਗ ਕਿ ਚਲੋ ਜੀ ਇਹਨਾਂ ਨੂੰ ਅਸੈਂਬਲੀ ਦੇ ਵਿੱਚ ਕਰਾਂਗੇ, ਜੇ ਸਾਨੂੰ ਘੇਰਨਗੇ ਸਾਡੇ ਤੋਂ ਜਵਾਬ ਪੁੱਛਣਗੇ ਤਾਂ ਅਸੀਂ ਕਹਾਂਗੇ ਸਾਡੇ ਕੋਲ ਰਿਪੋਰਟ ਹੈ ਜੀ. ਅਤੇ ਸੌਫਟ ਕਾਰਨਰ ਨਜ਼ਰ ਆ ਰਿਹਾ ਤੁਹਾਨੂੰ? ਸੌਫਟ ਕਾਰਨਰ ਦੇਖੋ, ਇਟਸ ਅ ਪੋਲੀਟੀਕਲ, ਮੈਂ ਤੁਹਾਨੂੰ ਦੱਸਿਆ ਕਨਵੀਨੀਅੰਸ ਹੈ. ਇਹਦੇ 'ਚ ਬੇਵਕੂਫ ਕੌਣ ਬੰਦਾ? ਸਾਡੇ ਵੋਟਰਸ ਬੰਦੇ ਨੇ, ਸਾਡੇ ਜਿਹੜੇ ਆਮ ਜਨਤਾ ਨੇ ਉਹ ਬੰਦੀ ਹੈ ਬੇਵਕੂਫ. ਕਰੈਕਟ. ਮੈਂ ਫਿਲਹਾਲ ਇੱਥੇ ਮੈਂ ਵੇਖ ਪਾ ਰਿਹਾ ਕਾਫੀ ਸਾਰੀ ਕਾਲਸ ਕਿਊ ਦੇ ਵਿੱਚ ਨੇ, ਬਟ ਮੈਂ ਇੱਕ ਨਿੱਕੇ ਜਿਹੇ ਵਕਫੇ ਲਈ ਇੱਥੇ ਰੁਕ ਰਿਹਾ, ਜਦ ਵਕਫੇ ਤੋਂ ਬਾਅਦ ਆਵਾਂਗਾ ਲਵਾਂਗਾ ਤੁਹਾਡੀ ਕਾਲਸ ਇਸ ਬ੍ਰੇਕ ਤੋਂ ਬਾਅਦ.